ਪਰ ਇਹ ਤਾਂ ਤੁਸੀਂ ਆਲਰੇਡੀ ਲਾਗੂ ਹੋਇਆ ਉਹਨੂੰ ਸਾਨੂੰ ਕਿੱਦਾਂ ਕਰ ਸਕਦੇ ਤੁਸੀਂ ਕਿਹਦੇ ਖਿਲਾਫ ਪੰਜਾਬ ਸਰਕਾਰ ਆਪਣੇ ਐਕਟ ਦੇ ਖਿਲਾਫ ਹੈ ਪੰਜਾਬ ਸਰਕਾਰ ਆਪਣਾ ਵੱਲੋਂ ਜਾਰੀ ਕੀਤਾ ਹੈ ਸਰਕੂਲਰ ਦੇ ਖਿਲਾਫ ਹੈ ਪਰ ਉਹਨੂੰ ਵੀ ਇੰਪਲੀਮੈਂਟ ਕਰਨ ਦੇ ਲਈ ਇਹਨਾਂ ਦੇ ਕਿਤੇ ਨਾ ਕਿਤੇ ਜਿਹੜੀ ਉਹ ਕਹਿ ਲੋ ਕਿ ਸਾਫ ਨੀਅਤ ਨਾਲ ਨਹੀਂ ਕੀਤੀ ਮਨਸਾ ਨਹੀਂ ਲੱਗਦੀ ਮਨਸਾ ਸਾਫ ਨੀਅਤ ਨਾਲ ਨਹੀਂ ਕੀਤੀ ਉਹਦੇ ਚ ਇਹ ਲਿਖਿਆ ਜਾਂਦਾ ਕਿ ਇੰਨੀਆਂ ਪੋਸਟਾਂ ਕੱਢੀਆਂ ਗਈਆਂ ਇੰਨੀਆਂ ਜਰਨਲ ਵਾਸਤੇ ਆ ਇੰਨੀਆਂ ਐਸਸੀ ਵਾਸਤੇ ਆ ਇੰਨੀਆਂ ਹੈਂਡੀਕੈਪਟ ਵਾਸਤੇ ਆ ਇੰਨੀਆਂ ਮਹਿਲਾਵਾਂ ਵਾਸਤੇ ਆ ਪਰ ਇਹਨਾਂ ਨੇ ਜਰਨਲ ਦੀ ਤਾਂ ਸਾਰੀ ਉਹਨਾਂ ਨੂੰ ਅਲਾਟਮੈਂਟ ਕਰਤੀ ਪਰ ਐਸੀਆਂ ਦੀ ਹੱਦ ਤੱਕ ਅਲਾਟਮੈਂਟ ਨਹੀਂ ਹੋਇਆ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀ ਪੰਜਾਬ ਟੀਵੀ ਦੇ ਦੇ ਦਰਸ਼ਕਾਂ ਨੂੰ ਸਵਾਗਤ ਹੈ ਅਸੀਂ ਬਠਿੰਡਾ ਪਹੁੰਚੇ ਹਾਂ ਬਠਿੰਡੇ ਵਿੱਚ ਕੁਮਾਰ ਸਾਹ ਪੁਲਾ ਜੀ ਜੋ ਐਸ்சி ਕਮਿਸ਼ਨ ਦੇ ਚੇਅਰਮੈਨ ਨੇ ਉਹ ਸਾਡੇ ਨਾਲ ਨੇ ਉਹਨਾਂ ਤੋਂ ਤਾਜ਼ਾ ਸਿੱਟਿਆਂ ਬਾਰੇ ਜਾਣਦੇ ਹਾਂ ਕਿ ਇਸ ਕਮਿਸ਼ਨ ਤੇ ਉਹ ਕੀ ਕੰਮ ਕਰ ਰਹੇ ਨੇ ਤੇ ਭਾਜਪਾ ਦੀਆਂ ਸਿਆਸਤ ਦੇ ਵਿੱਚ ਕੀ ਗਤੀਵਿਧੀਆਂ ਨੇ ਕਿਉਂਕਿ ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ਹੋ ਚੁੱਕੀਆਂ ਨੇ ਰਿਜ਼ਲਟ ਕੱਲ੍ਹ ਆਉਣੇ ਨੇ ਤੇ ਦਿੱਲੀ ਦੀ ਗਿਣਤੀ ਚੱਲ ਰਹੀ ਹੈ ਆ ਉਹਨਾਂ ਕੋਲ ਚਲਦੇ ਹਾਂ ਸਮਪਲਸਾਪ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਔਰ ਪੰਜਾਬ ਟੀਵੀ ਦੇਖ ਰਹੇ ਸਭੀ ਦਰਸ਼ਕਾਂ ਨੂੰ ਵੀ ਬਹੁਤ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਚਲੋ ਸ਼ੁਰੂਆਤ ਤੁਹਾਡੇ ਕਮਿਸ਼ਨ ਤੋਂ ਕਰਦੇ ਹਾਂ ਕੋਈ ਨਵੀਂ ਕਿਹੜੀ ਐਸੀ ਨੀਤੀ ਬਣਾਈ ਹੈ ਜਿਹੜੀ ਪੂਰੇ ਇੰਡੀਆ ਦੇ ਵਿੱਚ ਐਸ ਇਸ ਨੂੰ ਅ ਅੱਗੇ ਉਤਸ਼ਾਹਿਤ ਕਰਨ ਦੇ ਵਿੱਚ ਕੰਮ ਆਏਗੀ ਬੇਸਿਕਲੀ ਕਮਿਸ਼ਨ ਕੋਈ ਨੀਤੀ ਨਹੀਂ ਬਣਾਉਂਦਾ ਜੀ ਜੋ ਵੀ ਕੇਂਦਰ ਸਰਕਾਰ ਇਹ ਸੂਬਾ ਸਰਕਾਰਾਂ ਜੀ ਜੋ ਵੀ ਪਾਲਸੀਆਂ ਬਣਾਉਂਦੇ ਆ ਜੋ ਐਕਟ ਬਣਾਉਂਦੇ ਨੇ ਜੋ ਉਹਨਾਂ ਲਈ ਯੋਜਨਾਵਾਂ ਲਿਆਉਂਦੇ ਨੇ ਉਹ ਧਰਾਤਲ ਤੇ ਇਨ ਬਿਨ ਲਾਗੂ ਹੋ ਰਹੀਆਂ ਨੇ ਉਹਨਾਂ ਦਾ ਬੈਨੀਫਿਟ ਜਿਹੜਾ ਆ ਉਹ ਐਸਸੀ ਵਰਗ ਦੇ ਲੋਕਾਂ ਨੂੰ ਮਿਲ ਰਿਹਾ ਕਿ ਨਹੀਂ ਮਿਲ ਰਿਹਾ ਇਹ ਦੇਖਣਾ ਸਾਡਾ ਕੰਮ ਹੁੰਦਾ ਸੋ ਜਿਹੜੀਆਂ ਵੀ ਚ ਉਹ ਕਿਸੇ ਸੂਬਾ ਦੀ ਸਰਕਾਰ ਦੀ ਪਾਲਸੀ ਹੋਵੇ ਚਾਹੇ ਉਹ ਕੇਂਦਰ ਸਰਕਾਰ ਦੀ ਕਾਨੂੰਨ ਬਣਾਏ ਹੋਣ ਉਹਨਾਂ ਨੂੰ ਵੀ ਦੇਖਣਾ ਕਿਤੇ ਉਹਨਾਂ ਦੀ ਅਣਗਹਿਲੀ ਤਾਂ ਨਹੀਂ ਹੋ ਰਹੀ ਉਹਨਾਂ ਦੀ ਲਈ ਕੋਈ ਜਿਹੜੀ ਵਿਕਾਸ ਪੱਖੋਂ ਜਿਹੜੀ ਵਿਕਾਸ ਲਈ ਕੁਝ ਫੰਡ ਜਾਰੀ ਹੁੰਦੇ ਆ ਉਹ ਸਹੀ ਤਰੀਕੇ ਨਾਲ ਲੱਗਦੇ ਕਿ ਨਹੀਂ ਲੱਗਦੇ ਔਰ ਉਹਦੇ ਲਈ ਜੜੀਆਂ ਵੀ ਕਿਤੇ ਸਾਨੂੰ ਸ਼ਿਕਾਇਤਾਂ ਮਿਲਦੀਆਂ ਉਹਨਾਂ ਸ਼ਿਕਾਇਤਾਂ ਦੇ ਉੱਤੇ ਕੰਮ ਕਰਨਾ ਹੁੰਦਾ ਔਰ ਨਾਲ ਜਿੱਥੇ ਸਮਾਜਿਕ ਸਮਾਜ ਦੇ ਵਿੱਚ ਕਿਤੇ ਡਿਸਕ੍ਰਿਮੀਨੇਸ਼ਨ ਹੁੰਦਾ ਭੇਤ ਭਾਵ ਹੁੰਦਾ ਨਫ਼ਰਤ ਹੁੰਦੀ ਜਾਂ ਉਹਨਾਂ ਨੂੰ ਅਣਗੌਲਿਆ ਕੀਤਾ ਜਾਂਦਾ ਉਹਨਾਂ ਸਾਰੇ ਕੇਸਾਂ ਨੂੰ ਵੀ ਅਸੀਂ ਸੁਣਦੇ ਆ ਇਹ ਮੁੱਖ ਰੂਪ ਸੇ ਸਾਡਾ ਕੰਮ ਹੁੰਦਾ ਉਹ ਜਦੋਂ ਵੀ ਕੋਈ ਵੀ ਐਕਟ ਨਾਮਾ ਬਣੇਗਾ ਉਸ ਨੂੰ ਵੀ ਇੰਪਲੀਮੈਂਟ ਕਰਨਾ ਜਿਹੜਾ ਹੁੰਦਾ ਉਹ ਪਰ ਜਿਹੜੇ ਸਕੀਮਾਂ ਬਣਾਉਣੀਆਂ ਲਾਭ ਦੇ ਲਈ ਕੋਈ ਸਕੀਮਾਂ ਬਣਾਉਣੀਆਂ ਉਹ ਸਾਰਾ ਕੰਮ ਸਰਕਾਰਾਂ ਦਾ ਹੈ ਚਲੋ ਇਹ ਗੱਲ ਤੁਸੀਂ ਕਲੀਅਰ ਕਰ ਦਿੱਤੀ ਕਿ ਸਕੀਮਾਂ ਤੇ ਨੀਤੀਆਂ ਬਣਾਉਣਾ ਸਰਕਾਰ ਦਾ ਕੰਮ ਆ ਕੋਈ ਖਾਸ ਐਸਾ ਮੁੱਦਾ ਜਿਹੜਾ ਤੁਸੀਂ ਆਪ ਦੇ ਸਰਕਾਰ ਜੁਲਾਰ ਨਾਲ ਕੀਤਾ ਜਿਹੜਾ ਜ਼ਿਕਰ ਜੋ ਹੋਵੇ ਤੇ ਜਿਹੜਾ ਜ਼ਿਕਰ ਕਰ ਸਕੀ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਦੇ ਵਿੱਚ ਇੱਕ ਐਕਟ ਬਣਿਆ ਸੀ ਰਿਜ਼ਰਵੇਸ਼ਨ ਐਕਟ ਜੋ ਹੈ ਉਹ 2006 ਦਾ ਬਣਿਆ ਜਿਸ ਨੂੰ ਸਹੀ ਤਰੀਕੇ ਨਾਲ ਪੰਜਾਬ ਚ ਵੀ ਲਾਗੂ ਨਹੀਂ ਸੀ ਕੀਤਾ ਗਿਆ। ਔਰ ਉਹਦੇ ਜਿਹੜਾ ਏਜੀ ਆਫੀਸਰ ਮਨ ਲਓ اٹਾਰਨੀ ਜਨਰਲ ਦਾ ਜਿਹੜਾ ਦਫਤਰ ਮਨ ਲਓ ਉਹਦੇ ਵਿੱਚ ਜਿਹੜੇ ਲਾ ਆਫੀਸਰ ਰੱਖੇ ਜਾਂਦੇ ਆ ਉਹਨਾਂ ਦੇ ਵਿੱਚ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਰਿਜ਼ਰਵੇਸ਼ਨ ਨਹੀਂ ਸੀ ਦਿੱਤੀ ਜਾ ਰਹੀ। ਔਰ ਅਸੀਂ ਕਮਿਸ਼ਨ ਦੇ ਤੌਰ ਤੇ ਉਹ ਸਾਰੇ ਕੇਸ ਹੰਡਲ ਵੀ ਕੀਤਾ ਔਰ ਪੰਜਾਬ ਸਰਕਾਰ ਨੂੰ ਜਿਹੜਾ ਆ ਉਹਦੇ ਲਈ ਕੰਪੈਲ ਵੀ ਕੀਤਾ ਕਿ ਲਾਗੂ ਕਰ ਪਰ ਪੰਜਾਬ ਸਰਕਾਰ ਨੇ ਆਪਣਾ ਸਰਕੂਲਰ ਵੀ ਜਾਰੀ ਕੀਤਾ ਸੀ ਐਕਟ ਵੀ ਲੱਗ ਬਣਿਆ ਔਰ ਉਸ ਐਕਟ ਦੇ ਅਧੀਨ ਹੀ ਉਹਨਾਂ ਨੇ ਆਪਣਾ ਸਰਕੂਲਰ ਜਾਰੀ ਕੀਤਾ ਸੀ ਪਰ ਜਦੋਂ ਨਵੀਂ ਸਰਕਾਰ ਆਈ ਉਹਨਾਂ ਨੇ ਜਿਹੜੇ ਵੈਕੈਂਸੀਆਂ ਕੱਢੀਆਂ ਉਹ ਚ ਐਸਸੀ ਲਈ ਨਹੀਂ ਸੀ ਰੱਖੀਆਂ ਔਰ ਅਸੀਂ ਫਿਰ ਜਿਹੜਾ ਦੁਆਰਾ ਸੁਣਾਈ ਕੀਤੀ ਤੇ ਪੰਜਾਬ ਸਰਕਾਰ ਐਸਸੀ ਕਮਿਸ਼ਨ ਦੇ ਖਿਲਾਫ ਹਾਈ ਕੋਰਟ ਚ ਚਲੀ ਗਈ। ਔਰ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਕਿਸ ਦੇ ਖਿਲਾਫ ਗਏ ਹੋ? ਜੀ। ਸਾਨੂੰ ਪਹਿਲਾਂ ਇਹ ਸਮਝ ਜ਼ਰੂਰੀ ਹੋਣੀ ਚਾਹੀਦੀ ਆ ਕਿ ਕਮਿਸ਼ਨ ਨੇ ਤਾਂ ਕੋਈ ਆਪਣੇ ਲੋਕ ਦਿੱਤਾ ਨਹੀਂ। ਕਮਿਸ਼ਨ ਨੇ ਤਾਂ ਇਹ ਹੀ ਕਿਹਾ ਕਿ ਆਪਣਾ ਤਾਂ ਅਸੀਂ ਐਕਟ ਜਿਹੜਾ ਆ ਉਹ ਲਾਗੂ ਕਰੋ ਔਰ ਜਿਹੜਾ ਤੁਸੀਂ ਆਲਰੇਡੀ ਸਰਕੂਲਰ ਜਾਰੀ ਕਰ ਚੁੱਕੇ ਹੋ ਉਸ ਨੂੰ ਇਨਵਨ ਪਾਲਣਾ ਕਰੋ। ਤੇ ਇਹਦੇ 'ਚ ਸਾਡਾ ਕੀ ਸੀ ਤੁਸੀਂ ਕੇਸ ਦੇ ਵਿੱਚ ਸਾਨੂੰ ਪਾਰਟੀ ਬਣਾਇਆ। ਪਰ ਜੇ ਤਾਂ ਤੁਸੀਂ ਆਲਰੇਡੀ ਲਾਗੂ ਹੋਇਆ ਉਹਨੂੰ ਸਾਨੂੰ ਕਿੱਦਾਂ ਕਰ ਸਕਦੇ? ਤੁਸੀਂ ਕਿਹਦੇ ਖਿਲਾਫ ਆ? ਪੰਜਾਬ ਸਰਕਾਰ ਆਪਣੇ ਐਕਟ ਦੇ ਖਿਲਾਫ ਹੈ ਪੰਜਾਬ ਸਰਕਾਰ ਆਪਣਾ ਵੱਲੋਂ ਜਾਰੀ ਕੀਤਾ ਸਰਕੂਲਰ ਦੇ ਖਿਲਾਫ ਹੈ ਤਾਂ ਫਿਰ ਉਹਨਾਂ ਨੇ ਜਿਹੜਾ ਹੈ ਆਪਣਾ ਕੇਸ ਵਿਦਡਰੋ ਕਰ ਲਿਆ ਔਰ ਜਿਹੜੀ 59 ਲਗਵਾਵਟੀਆਂ ਜਿਹੜੀਆਂ ਵੈਕੈਂਸੀਆਂ ਉਹ ਜਿਹੜੀਆਂ ਐਸਸੀ ਵਾਸਤੇ ਵੀ ਉਹਨਾਂ ਨੇ ਜਾਰੀ ਕੀਤੀਆ ਉਹਦੇ ਲਈ ਐਡ ਵੀ ਜਾਰੀ ਕੀਤੀ ਪਰ ਉਹਨੂੰ ਵੀ ਇੰਪਲੀਮੈਂਟ ਕਰਨ ਦੇ ਲਈ ਇਹਨਾਂ ਦੇ ਕਿਤੇ ਨਾ ਕਿਤੇ ਜਿਹੜੀ ਉਹ ਕਹਿ ਲੋ ਕਿ ਸਾਫ ਨੀਅਤ ਨਾ ਨਹੀਂ ਕੀਤੀ ਮਨਸ਼ਾ ਨਹੀਂ ਲੈਂਦਾ ਮਨਸ਼ਾ ਸਾਫ ਨੀਅਤ ਨਾ ਨਹੀਂ ਕੀਤੀ ਕਿਉਂਕਿ ਜਦੋਂ ਵੀ ਕੋਈ ਪੋਸਟਾਂ ਨਿਕਲਦੀਆਂ ਉਹਦੇ ਚ ਇਹ ਲਿਖਿਆ ਜਾਂਦਾ ਕਿ ਇੰਨੀਆਂ ਪੋਸਟਾਂ ਕੱਢੀਆਂ ਗਈਆਂ ਇੰਨੀਆਂ ਜਰਨਲ ਵਾਸਤੇ ਆ ਇੰਨੀਆਂ ਐਸਸੀ ਵਾਸਤੇ ਆ ਇੰਨੀਆਂ ਹੈਂਡੀਕੈਪਟ ਵਾਸਤੇ ਆ ਇੰਨੀਆਂ ਮਹਿਲਾਵਾਂ ਵਾਸਤੇ ਆ ਇੰਨੀਆਂ ਓਬੀਸੀ ਵਾਸਤੇ ਸਾਰਾ ਕੁਝ ਦੱਸਿਆ ਜਿੰਨਾ ਵੀ ਰਾਖਵਾ ਕਰਨ ਹੁੰਦਾ ਕਲੀਅਰ ਕੀਤਾ ਜਾਂਦਾ ਪਰ ਇਹਨਾਂ ਨੇ ਜਰਨਲ ਦੀ ਤਾਂ ਸਾਰੀ ਉਹਨਾਂ ਨੂੰ ਅਲਾਟਮੈਂਟ ਕਰਤੀ ਪਰ ਐਸੀਆਂ ਦੀ ਹਲੇ ਤੱਕ ਅਲਾਟਮੈਂਟ ਨਹੀਂ ਹੋਈ ਔਰ ਇਹ ਜਿਹੜਾ ਆ ਕਿਤੇ ਨਾ ਕਿਤੇ ਮਨਸ਼ਾ ਜਿਹੜੀ ਆ ਉਹ ਦਰਸਾਉਂਦੀ ਹੈ ਉਹਨਾਂ ਦੀ ਚਲੋ ਐਕਟ ਦੇ ਖਿਲਾਫ ਜਾਂ ਜਿਹੜੇ ਸਰਕੂਲਰ ਦੇ ਖਿਲਾਫ ਸਰਕਾਰ ਕਿਵੇਂ ਜਾਊ ਆਪਦੇ ਤੇ ਉਹ ਲੋਕ ਲੈ ਲੈਣਗੇ ਆਪਦੇ ਹੱਕ ਚਲੀ ਗਈ ਸੀ ਚਲੀ ਗਈ ਹਾਂ ਕੋਰਟ ਚਲੀ ਗਈ ਸੀਗੀ ਪਰ ਕੋਰਟ ਦੇ ਵਿੱਚ ਫਿਰ ਤੁਸੀਂ ਆਪਦਾ ਜਵਾਬ ਦਿੱਤਾ ਜੀ ਦੂਸਰਾ ਜਿਹੜਾ ਕੇਸ ਸਾਡੇ ਕੋਲ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਹੈ ਹਾਂ ਧਰਮਸੋਦ ਵਾਲਾ ਹਾਂ ਕਿਉਂਕਿ ਉਹਦੇ ਵਿੱਚ ਕਰਪਸ਼ਨ ਵਾਲਾ ਵੀ ਪਿੱਛੇ ਚੱਲ ਰਿਹਾ ਔਰ ਨਾਲ ਨਾਲ ਜਿਹੜਾ ਆ ਸਕੂਲਾਂ ਨੂੰ ਫੀਸ ਹਲੇ ਤੱਕ ਪੈਸੇ ਕਿਉਂ ਨਹੀਂ ਦਿੱਤੇ ਗਏ ਔਰ ਇਸ ਕਰਕੇ ਜਿਹੜਾ ਸਮਾਜਿਕ ਪਾੜਾ ਵਧਿਆ ਔਰ ਉਸ ਸਮਾਜਿਕ ਪਾੜੇ ਦੇ ਕਰਕੇ ਅੱਜ ਜਿਹੜੇ ਕਾਲਜਾਂ ਵਾਲੇ ਬੱਚੇ ਨੂੰ ਐਡਮਿਸ਼ਨ ਨਹੀਂ ਦੇ ਰਹੇ ਇੱਕ ਨਫਰਤ ਦੇ ਪਾਤਰ ਬਣ ਗਏ ਸਰਕਾਰ ਨੇ ਇੱਕ ਯੋਜਨਾਵਾਂ ਤਾਂ ਬਣਾਈਆਂ ਪਰ ਸਰਕਾਰ ਨੇ ਉਹਨੂੰ ਲਾਗੂ ਨਹੀਂ ਕੀਤਾ ਤੇ ਸਮਾਜਿਕ ਜਿਹੜੀਆਂ ਅਧੂਰੀਆਂ ਵਧ ਗਈਆਂ ਹੁਣ ਐਸਸੀ ਵਰਗ ਤੇ ਕਾਲਜ ਵਰਗ ਜਿਹੜਾ ਕਾਲਜਾਂ ਦਾ ਇੱਕ ਆਪਸੀ ਇੱਕ ਤਰੀਕੇ ਨਾਲ ਟਕਰਾਅ ਮੋਰੇ ਖੜਾ ਦਿਖਾਈ ਦਿੰਦਾ ਕਿ ਜਦੋਂ ਉਹ ਐਡਮਿਸ਼ਨ ਨਹੀਂ ਦਿੰਦੇ ਤੇ ਪਰ ਉਹਦਾ ਦੋਸ਼ੀ ਕੌਣ ਹੈ ਦੋਸ਼ੀ ਤਾਂ ਮੌਜੂਦਾ ਸਰਕਾਰ ਹੈ ਮਨ ਲਓ ਮੌਜੂਦਾ ਸਰਕਾਰ ਕੋਤੇ ਮਾਮਲਾ ਚੱਲ ਰਿਹਾ ਅੰਦਰ ਹੈ ਜਮਾਨਤ ਹੀ ਨਹੀਂ ਮੌਜੂਦਾ ਸਰਕਾਰ ਸ਼ਬਦ ਠੀਕ ਨਹੀਂ ਹੋਏਗਾ ਮੈਂ ਕਹਾਂਗਾ ਕਿ ਦੋਸ਼ੀ ਸੂਬਾ ਸਰਕਾਰ ਹੈ ਔਰ ਉਹ ਸੂਬਾ ਸਰਕਾਰ ਜਿਹੜੀ ਹੈ ਉਹਦਾ ਫਰਜ਼ ਬਣਦਾ ਉਹਨੂੰ ਕਰਨਾ ਹੈ ਔਰ 17 18 18 19 19 20 ਦੇ ਜਿਹੜੇ ਪੈਸੇ ਜਾਰੀ ਹੀ ਨਹੀਂ ਕੀਤੇ ਗਏ ਉਹ ਸੂਬਾ ਸਰਕਾਰ ਨੇ ਜਾਰੀ ਕੀ ਕਰਨੇ ਹਨ ਔਰ ਉਹ ਸੂਬਾ ਸਰਕਾਰ ਉਹਨਾਂ ਨੂੰ ਪੈਸੇ ਜਾਰੀ ਕਰਨ ਤਾਂ ਕਿ ਜਿਹੜੀਆਂ ਸਮਾਜ ਦੇ ਜਿਹੜੇ ਕਾਲਜ ਉਹਨਾਂ ਨੂੰ ਆਰਾਮ ਨਾਲ ਐਡਮਿਸ਼ਨਾਂ ਦੇਣੀਆਂ ਸ਼ੁਰੂ ਕਰੇ ਪਰ ਹਲੇ ਤੱਕ ਕਿਤੇ ਨ ਕਿਤੇ ਸ਼ੰਕਾਵਾਂ ਬਿਆਖਤਾ ਨਵੇਂ ਸਿਰੇ ਤੋਂ ਵੀ ਜੜੀਆਂ ਆ ਰਹੀਆਂ ਕਿ ਪੈਸੇ ਜਿਹੜੇ ਆ 60% ਸੈਂਟਰ ਗਵਰਨਮੈਂਟ ਦੇਣੇ 40 ਇਹਨਾਂ ਨੇ ਪਰ ਇਹ ਵੀ ਉੱਥੇ ਜਦੋਂ ਜਿਹੜੇ ਆ ਉਹ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਕੀਤੇ ਜਾ ਰਿਹਾ ਔਰ ਦੂਸਰਾ ਜਿਹੜੇ ਆ ਕਾਮ ਕਾਲਜਾਂ ਦੀ ਵੀ ਰਾਏ ਆਉਂਦੀ ਹੈ ਸਾਡੇ ਕੋਲ ਕਿ ਕੇਂਦਰ ਸਰਕਾਰ ਤਾਂ ਪੈਸੇ ਭੇਜ ਦਿੰਦੀ ਹੈ ਪਰ ਸੂਬਾ ਸਰਕਾਰ ਨੇ ਹਲੇ ਤੱਕ ਜਾਂ ਤਾਂ ਉਹ ਆਪਣਾ ਹਿੱਸਾ ਪਾਉਂਦੀ ਨਹੀਂ ਜਾਂ ਫਿਰ ਉਹਨਾਂ ਤੱਕ ਪਹੁੰਚਾਉਂਦੀ ਨਹੀਂ ਔਰ ਇਹ ਵੀ ਆ ਕਿ ਕੇਂਦਰ ਸਰਕਾਰ ਵੱਲੋਂ ਇਹ ਕਿਤੇ ਨਹੀਂ ਕਿਹਾ ਗਿਆ ਕਿ ਵੀ ਪੋਰਟਲ ਜਿਹੜਾ ਇੰਨੇ ਤਰੀਕ ਨੂੰ ਬੰਦ ਹੋ ਜਾਏਗਾ ਪੋਰਟਲ ਸਾਰਾ ਸਾਲ ਖੁੱਲਾ ਰਹਿੰਦਾ ਹੈ ਪਰ ਸੂਬਾ ਸਰਕਾਰਾਂ ਇਹਦਾ ਵੀ ਬਹਾਨਾ ਲਾ ਕੇ ਕੁਝ ਟਾਈਮ ਦੇ ਬਾਅਦ ਜਾ ਕੇ ਪੋਰਟਲ ਬੰਦ ਕਰਦੇ ਜਿਹਦਾ ਨੁਕਸਾਨ ਜਿਹੜਾ ਐਸੀ ਬੱਚਿਆਂ ਨੂੰ ਹੁੰਦਾ ਹੈ ਉਹਦਾ ਵੀ ਅਸੀਂ ਜਿਹੜਾ ਇਹਨਾਂ ਤੋਂ ਜਵਾਬ ਮੰਗਿਆ ਪਰ ਇਹ ਉਹ ਵੀ ਜੇ ਕਹਿ ਦਈਏ ਕਿ ਮਨਸ਼ਾ ਠੀਕ ਨਾ ਹੋਣ ਕਰਕੇ ਸਹੀ ਤਰੀਕੇ ਨਾਲ ਹਲੇ ਤੱਕ ਜਵਾਬ ਨਹੀਂ ਦਿੱਤਾ ਜਾ ਰਿਹਾ ਏ ਹੋ ਗਿਆ ਤੁਹਾਡੀ ਕਮਿਸ਼ਨ ਦਿਵਿੰਦਰ ਜਿਹੜੀ ਤੁਸੀਂ ਕੰਮ ਕੀਤਾ ਆਪਾਂ ਥੋੜਾ ਜਿਹਾ ਸਿਆਸੀ ਰੰਗ ਦੇ ਵਿੱਚ ਵੀ ਆਉਨੇ ਆ ਤੇ ਤੁਸੀਂ ਪੰਜਾਬ ਦੀ ਪ੍ਰਿੰਦੇਤਾ ਕਰਦੇ ਰਹੇ ਹੋ ਤੁਹਾਨੂੰ ਪਤਾ ਹੈ ਸਿਆਸੀ ਇਹ ਸਟੇਟਮੈਂਟ ਨਹੀਂ ਦੇਵਾਂਗਾ ਚਲੋ ਜਿਵੇਂ ਵੀ ਤੁਸੀਂ ਥੋੜੀ-ਮੋਟੀ ਗੱਲ ਤਾਂ ਦੱਸੋ ਅੱਜ ਦਿੱਲੀ ਦੇ ਵਿੱਚ ਕਾਊਂਟਿੰਗ ਹੋ ਰਹੀ ਹੈ ਐਮਐਸਸੀਡੀ ਬਹੁਤ ਚਿਰ ਪਹਿਲਾਂ ਨਹੀਂ ਕਾਫੀ ਚਿਰ ਪਹਿਲਾਂ ਵੀ ਆਪ ਭਾਜਪਾ ਦਾ ਸਿਸਟਮ ਰਿਹਾ ਹੁਣ ਲੱਗਦਾ ਕਿ ਦੂਸਰੀ ਇਹ ਲੋਕਤੰਤਰ ਮਰਿਆਦਾਵਾਂ ਦੇ ਵਿੱਚ ਹੈ ਔਰ ਲੋਕਾਂ ਨੇ ਜਿਸ ਤਰੀਕੇ ਦਾ ਫੈਸਲਾ ਲੈਣਾ ਹੁੰਦਾ ਉਹਨਾਂ ਦੀ ਇੱਛਾ ਤੇ ਹੈ ਇਹਦੇ ਵਿੱਚ ਬਤੌਰ ਇੱਕ ਕਮਿਸ਼ਨ ਦਾ ਚੇਅਰਮੈਨ ਮੇਰਾ ਕੋਈ ਸਟੇਟਮੈਂਟ ਨਹੀਂ ਹੈ ਹਿਮਾਚਲ ਸਾਰਿਆਂ ਲਈ ਇੱਕੋ ਜਿਹਾ ਜਵਾਬ ਹੈ ਚਾਹੇ ਗੁਜਰਾਤ ਕਹੋ ਚਾਹੇ ਹਿਮਾਚਲ ਕਹੋ ਚਾਹੇ ਦਿੱਲੀ ਦੀ ਗੱਲ ਕਰੋ ਕਿਉਂਕਿ ਇਹ ਲੋਕਤੰਤਰੀਕ ਪ੍ਰਣਾਲੀ ਹੈ ਔਰ ਲੋਕਾਂ ਨੂੰ ਅਧਿਕਾਰ ਹੈ ਆਪਣਾ ਆਪਣਾ ਫੈਸਲਾ ਲੈਣ ਦਾ ਔਰ ਇਸ ਕਰਕੇ ਮੈਂ ਉਹਦੇ ਚ ਕਿਤੇ ਵੀ ਕੋਈ ਹਾਂ ਕਿਤੇ ਅਸਿਆਂ ਦੇ ਮੁੱਦੇ ਤੇ ਕੋਈ ਗੱਲ ਜ਼ਰੂਰ ਹੈ ਉਹ ਜ਼ਰੂਰ ਮੈਂ ਆਪਣੀ ਪੰਜਾਬ ਦੀ ਨਵੀਂ ਬੋਡੀ ਬਣੀ ਹੈ ਸਾਰਿਆਂ ਨੂੰ ਵਧਾਈ ਹੈ ਤੇ ਕਾਂਗਰਸ ਕਹਿੰਦੇ ਨੇ ਕਾਂਗਰਸੀਕਰਨ ਹੋ ਗਿਆ ਭਾਜਪਾ ਦਾ ਸਾਰੇ ਲੀਡਰ ਕਾਂਗਰਸੀ ਲੈਨੇ ਜਾਦਾ ਉਹ ਇਹਦਾ ਜਵਾਬ ਉਹ ਹੀ ਦੇ ਸਕਦੇ ਨੇ ਮੈਂ ਨਹੀਂ ਤੁਸੀਂ ਨੈਸ਼ਨਲ ਦੇ ਵਿੱਚ ਵੀ ਰਹੇ ਹੋ ਸਾਰੀਆਂ ਗੱਲਾਂ ਹੁਣ ਦੇਖੋ ਇੱਕ ਚੀਜ਼ ਸੀ ਇੱਕ ਚੀਜ਼ ਹੈ ਜੀ ਮੈਂ ਹੁਣ ਇੱਕ ਸਰਕਾਰੀ ਪਦ ਤੇ ਆ ਔਰ ਉਹਦੇ ਤੇ ਰਾਸਕੋ ਦਿੱਤੀਓ ਕਿਸੇ ਔਰ ਉਹਦੇ ਚ ਮੈਂ ਇੱਕ ਸੰਵਿਧਾਨਿਕ ਪੋਸਟ ਤੇ ਆ ਹਾਂਜੀ ਅਦਰਸ਼ਦਾਨੀ ਪੋਸਟ ਜਿਹੜੀ ਆ ਨਾ ਮੈਂ ਉਹਦੇ ਤੇ ਕੋਈ ਰਾਜਨੀਤਿਕ ਉਹਦੇ ਗਤਵੇਦਿਆਂ ਦੇ ਵਿੱਚ ਹਿੱਸਾ ਨਹੀਂ ਲੈਂਦਾ ਸੋ ਇਸ ਕਰਕੇ ਮੇਰੀ ਕੋਈ ਵੀ ਟਿੱਪਣੀ ਰਾਜਨੀਤਿਕ ਟਿੱਪਣੀ ਨਹੀਂ ਹੁੰਦੀ ਸੋ ਉਹਦੇ ਲਈ ਤਾਂ ਉਹਨਾਂ ਨੂੰ ਅਲੱਗ ਤਰੀਕੇ ਦਾ ਅਲੱਗ ਚੈਨਲ ਤੁਹਾਨੂੰ اختیار ਕਰਨਾ ਪਊਗਾ ਚਲੋ ਆ ਫਿਰ ਤੁਸੀਂ ਇਹ ਦੱਸੋ ਐਸਸੀ ਕਮਿਸ਼ਨ ਤਾਂ ਪੂਰਾ ਇੰਡੀਆ ਦਾ ਹੋ ਗਿਆ ਸਟੇਟ ਦੇ ਵਿੱਚ ਕੋਈ ਐਸਸੀ ਤੁਸੀਂ ਬੋਡੀ ਬਣਾਈ ਹੈ ਜਿਹੜੀ ਇਸ ਸੰਬੰਧਿਤ ਤੌਰ ਤੇ ਦੇ ਕੇ ਗਾਂ ਤੁਹਾਨੂੰ ਰਿਪੋਰਟ ਕਰੇ ਵੈਸੇ ਤਾਂ ਸਾਡਾ ਹੈੱਡ ਆਫਿਸ ਹੀ ਸਾਰਾ ਕੁਝ ਦੇਖਦਾ ਪਰ ਬਹੁਤ ਸਾਰੇ ਸਟੇਟਾਂ ਦੇ ਵਿੱਚ ਅਸੀਂ ਰੀਜਨਲ ਸੈਂਟਰ ਬਣਾਏ ਆ ਜਿਦਾ ਚੰਡੀਗੜ੍ਹ ਵੀ ਸਾਡਾ ਆਲਰੇਡੀ ਸੈਂਟਰ ਹੈਗਾ ਜਿਹੜਾ ਕਿ ਜੰਮੂ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਇਹ ਸਾਰਿਆਂ ਨੂੰ ਦੇਖਦਾ ਹੈ ਔਰ ਉਹਦੇ ਚ ਸਾਡੇ ਕੋਲ ਡਾਇਰੈਕਟਰ ਇੱਥੇ ਨਿਯੁਕਤ ਕੀਤੇ ਹੋਆ ਉਹ ਦੇਖਦੇ ਨੇ ਔਰ ਜਦੋਂ ਕੋਈ ਵੱਡਾ ਕੇਸ ਹੁੰਦਾ ਉਹ ਸਾਡੇ ਕੋਲ ਹੈੱਡ ਕੁਆਰਟਰ ਤੇ ਅੱਬਲ ਤਾਂ ਉਹੀ ਆਪਣੇ ਤੌਰ ਤੇ ਦੇਖਦੇ ਨੇ ਜੀ ਔਰ ਜੇ ਕੋਈ ਲੋੜ ਪੈਂਦੀ ਤਾਂ ਸਾਨੂੰ ਭੇਜ ਦਿੰਦੇ ਨੇ ਸੋ ਸਟੇਟ ਲੈਵਲ ਦੇ ਉੱਤੇ ਵੀ ਜੇ ਅਸੀਂ ਕਹੀਏ ਤਾਂ ਸਾਡੇ ਕੋਲ ਚੰਡੀਗੜ੍ਹ ਦੇ ਵਿੱਚ 9 ਸੈਕਟਰ ਦੇ ਵਿੱਚ ਜਿਹੜਾ ਮੀਨੀ ਸੈਕਟਰੀਏਟ ਹੁੰਦਾ ਉਹਦੇ ਵਿੱਚ ਸਾਡਾ ਆਫਿਸ ਹੈ ਅੱਜ ਫਿਰ ਬਠਿੰਡੇ ਆਣਾ ਕਿਵੇਂ ਹੋਇਆ ਬਠਿੰਡੇ ਤੇ ਮੈਂ ਦਾदू ਪਿੰਡ ਜਾਣਾ ਜੀ ਸਾਡੇ ਜਥੇਦਾਰ ਬਲਜੀਤ ਸਿੰਘ ਜੀ ਬਲਜੀਤ ਸਿੰਘ ਦਾदू ਦਾदू ਆਜੀ ਦੇ ਮਾਤਾ ਜੀ ਦਾ ਜਿਹੜਾ ਇਸ ਅਕਾਲ ਚਲਾਣਾ ਕਰ ਗਏ ਸੀਗੇ ਔਰ ਉਹਨਾਂ ਦਾ ਅੱਜ ਭੋਗ ਦੇ ਰਸਮ ਜਿਹੜੀ ਆ ਉਹਦਾ ਕਾਂਦਲੀ ਉੱਥੇ ਜਾਣਾ ਕਿਉਂਕਿ ਬਾਈ ਟ੍ਰੇਨ ਮੈਂ ਆਇਆ ਔਰ ਇੱਥੋਂ ਉਤਰ ਕੇ ਹੁਣ ਬਾਈ ਰੋਡ ਪਿੰਡ ਦਾਦੂ ਲਈ ਜਾਵਾਂਗਾ ਜੋ ਕਿ ਸਿਰਸਾ ਦੇ ਵਿੱਚ ਦਾਦੂ ਵਾਲਾ ਸਾਹਿਬ ਦਾ ਕਾਫੀ ਚਰਚਾ ਰਿਹਾ ਹੈਗਾ ਵੀ ਭਾਜਪਾ ਜੁਆਇਨ ਕਰਨ ਗਈਆਂ ਹੋਰ ਕਰਨ ਗਈ ਇੱਕ ਵਾਰੀ ਕਾਫੀ ਚਰਚਾ ਹੋਈ ਸੀ ਜਦੋਂ ਤੁਸੀਂ ਪਿਛਲੀ ਵਾਰੀ ਵੀ ਆਏ ਸੀਗੇ ਉਥੇ ਨੇ ਸੁਣੀ ਮੈਂ ਤਾਂ ਕੋਈ ਆਪਣੇ ਸਿਆਸੀ ਤੁਸੀਂ ਨਹੀਂ ਕੁਝ ਕਿਹਾ ਚਰਚਾ ਬਹੁਤ ਕਿਉਂਕਿ ਮੈਂ ਜਿਹੜੇ ਉੱਥੇ ਜਿੱਥੇ ਵੀ ਜਾਣਾ ਹੈ ਉਹਨਾਂ ਦੇ ਕਿਉਂਕਿ ਸਮਾਜਿਕ ਜਿਹੜੇ ਪ੍ਰਮੁੱਖ ਹੁੰਦੇ ਆ ਉਹਨਾਂ ਦੇ ਵਿੱਚ ਵੀ ਸਿੱਖ ਸਮਾਜ ਵੀ ਅਨੁਸੂਚੀ ਜਾਤੀ ਵਰਗ ਹੈ ਕੁਝ ਉਹਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਅਸੀਂ ਉਹਨਾਂ ਨਾਲ ਡਿਸਕਸ ਸ਼ੁਰੂ ਕਰਦੇ ਮੈਂ ਤਾਂ ਜਥੇਦਾਰ ਆਪਣੇ ਜਿਹੜੇ ਅਕਾਲ ਤਖਤ ਦੇ ਉਹਨਾਂ ਨੂੰ ਵੀ ਮਿਲ ਕੇ ਆਇਆ ਸੀ ਕਿ ਉਹਨਾਂ ਨੂੰ ਵੀ ਕੁਝ ਸਮੱਸਿਆਵਾਂ ਨਾਲ ਉਹਨਾਂ ਨਾਲ ਸਾਂਝੀਆਂ ਕੀਤੀਆਂ ਸੀ ਔਰ ਇਸੇ ਤਰ੍ਹਾਂ ਦਾਦੂ왈 ਜੀnabla ਵੀ ਮਿਲ ਕੇ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਕਿਉਂਕਿ ਉਹ ਹਰਿਆਣਾ ਦੇ ਐਸਪੀਸੀ ਦੇ ਪ੍ਰਧਾਨ ਨੇ ਉਹਨਾਂ ਨੂੰ ਵੀ ਉਸ ਨਜ਼ਰੀਏ ਨਾਲ ਮਿਲਣਾ ਸੀ ਔਰ ਸਿੱਖ ਸਮਾਜ ਦੇ ਪ੍ਰਮੁਖ ਜਿਹੜਿਆ ਨੂੰ ਅਕਾਲ ਤਖਤ ਦੇ ਜਥੇਦਾਰ ਨੇ ਤੇ ਉਹਨਾਂ ਨੂੰ ਵੀ ਮੈਂ ਮਿਲ ਕੇ ਆਇਆ ਸੀ ਸੋ ਇਹ ਜਿਹੜਾ ਸਿਲਸਿਲਾ ਉਹ ਅਲੱਗ ਤਰ੍ਹਾਂ ਦਾ ਔਰ ਨਾਲ ਨਾਲ ਉਹਦੇ 'ਚ ਵੀ ਉੱਥੇ ਬਹੁਤ ਸਾਰੀਆਂ ਅਨੁਸੂਚੀ ਜਾਤੀ ਵਰਗ ਨੂੰ ਲੈ ਕੇ ਸਮੱਸਿਆਵਾਂ ਸੀ ਜਿਨ੍ਹਾਂ ਦੇ ਸਮਾਧਾਨ ਦੇ ਲਈ ਉਹਨਾਂ ਨਾਲ ਅਕਸਰ ਗੱਲਬਾਤ ਕਰਨੀ हां ठीक है थोड़ी दे, गल पर फिर भी जमे ਤੁਸੀਂ ਵੱਡੇ ਆਕੂ ਵੱਡੀ ਪਾਰਟੀ ਦੇ ਜਿਹੜੀ ਸੱਤਾ ਚ ਲੰਬੇ ਸਮੇਂ ਤੋਂ ਹੈ ਸਕੇਂਦਰ ਚ ਤੇ ਹੋਰ ਸਟੇਟਾਂ ਦੇ ਵਿੱਚ ਵੀ ਇਸ ਕਰਕੇ ਚਰਚਾ ਸਿਆਸੀ ਹੋ ਹੀ ਜਾਂਦੀ ਹੈ ਹੁਣ ਜਦੋਂ ਹਰਿਆਣਾ ਪਰੰਧ ਕਮੇਟੀ ਤੁਸੀਂ ਗੱਲ ਕੀਤੀ ਹੈ ਤੋਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪਹਿਲਾਂ 41 ਮੈਂਬਰ ਦੀ ਕਮੇਟੀ ਬਣਾਈ ਸੀ ਹੁਣ ਸ਼ਾਇਦ 31 ਦੀ ਦੋ ਚਾਰ ਬੰਦੇ ਘਟਾਈ ਨੇ ਉਹ ਚ ਪਹਿਲਾ ਦੱਤੂ ਵਾਲਾ ਸਾਹਿਬ ਕਮੇਟੀ ਦੇ ਪ੍ਰਧਾਨ ਬਣ ਕੇ ਝੁੰਡਾ ਸਾਹਿਬ ਜਦੋਂ ਆ ਗਏ ਝਿੰਡਾ ਸਾਹਿਬ ਉਹ ਤੋਂ ਫਿਰ ਟਕਰਾ ਪੈਦਾ ਹੋ ਗਿਆ ਇਹ ਇੱਕ ਨਵੀਂ ਕਮੇਟੀ ਦੇ ਬਾਰੇ ਤੁਸੀਂ ਕੁਝ ਮਿਲੇ ਵਾ ਦੱਤੂ ਸਾਹਿਬ ਨੂੰ ਨਹੀਂ ਨਹੀਂ ਮੈਂ ਉਸ ਨਜ਼ਰੀਏ ਨਾਲ ਮਿਲਿਆ ਹੀ ਨਹੀਂ ਨਾ ਇਹ ਮੇਰਾ ਵਿਸ਼ਾ ਹੈ ਮੇਰਾ ਤਾਂ ਵਿਸ਼ਾ ਹੀ ਅਲੱਗ ਤਰ੍ਹਾਂ ਦਾ ਆ ਔਰ ਮੈਂ ਉਸ ਵਿਸ਼ੇ ਤੱਕ ਹੀ ਸੀਮਤ ਰਹਿਣਾ ਤੁਸੀਂ ਕਹਿੰਦੇ ਸਿੱਖ ਜਿਹੜੇ ਪੰਥਕ ਆਗੂ ਨੇ ਕਿਸੇ ਵੀ ਤਰ੍ਹਾਂ ਤੁਸੀਂ ਮਿਲਦੇ ਰਹਿੰਦੇ ਹੋ ਮੈਂ ਉਹਨਾਂ ਨੂੰ ਸਿਰਫ ਅਨੁਸੂਚੀ ਜਾਤੀ ਵਰਗ ਦੇ ਲੋਕਾਂ ਨਾਲ ਸਬੰਧਤ ਜਿਹੜੀਆਂ ਸਮੱਸਿਆਵਾਂ ਉਹਨਾਂ ਦੇ ਲਈ ਉਹਨਾਂ ਨਾਲ ਗੱਲਬਾਤ ਲਾਪ ਕਰ ਨਹੀਂ ਗਿਆ ਨਾ ਕਿ ਉਹਨਾਂ ਚ ਕਿੰਨੇ ਕਿੱਥੇ ਪ੍ਰਧਾਨ ਬਣਣਾ ਯਾਨੀ ਜਦੋਂ ਦੇ ਜਿਸ ਇਸ਼ੂ ਦੀ ਗੱਲ ਕਰ ਰਿਹਾ ਉਸ ਤੋਂ ਬਾਅਦ ਤਾਂ ਮੈਂ ਉਹਨਾਂ ਨੂੰ ਮਿਲਿਆ ਵੀ ਨਹੀਂਗਾ ਸੋ ਹੁਣ ਕਿਉਂਕਿ ਅਫਸੋਸ ਅਫਸੋਸ ਦੇ ਵਿੱਚ ਜਾਣਾ ਇਹ ਤਾਂ ਸਾਰਿਆਂ ਦਾ ਕੰਮ ਆ ਉਹਦੇ ਲਈ ਅਸੀਂ ਕਿਸੇ ਪਾਰਟੀ ਰਾਜਨੀਤਿਕ ਦਲ ਜਾਂ ਕੋਈ ਉਸ ਨਜ਼ਰੀਏ ਨਾਲ ਨਹੀਂ ਜਾਂਦੇ ਇਨਸਾਨੀਅਤ ਦੇ ਨਾਲ ਚਲੋ ਲਾਸ ਸੰਖੇਪ ਚ ਦੱਸੋ ਤੁਸੀਂ ਪੰਜਾਬ ਆਇਓ ਪੰਜਾਬ ਦੀ ਨੁਮਾਇੰਦਗੀ ਵੀ ਕਰਦੇ ਰਹੇ ਤੇ ਉਸ ਤੋਂ ਬਾਅਦ ਤੁਸੀਂ ਕਾਫੀ ਚਰਚਾਵਾਂ ਚ ਵੀਰੇ ਵਲਗ-ਵਲਗ ਵਿਸ਼ਿਆਂ ਦੇ ਵਿੱਚ ਜਿਵੇਂ ਦਾदूਵਾਲ ਸਾਹਿਬ ਦੀ ਇੱਕ ਚਰਚਾ ਰਹੀ ਹੈ ਜੇ ਤੁਸੀਂ ਪਹਿਲਾਂ ਮਿਲੇ ਸੀਗੇ ਪੰਜਾਬ ਦੀ ਸਥਿਤੀ ਕੀ ਹੈ 2024 ਲਈ ਜਿਹੜੀ ਹੁਣ ਪੂਰੀ ਬੋਡੀ ਬਣਾਈ ਗਈ ਹੈ ਉਹਦੇ ਵਿੱਚ ਕਾਫੀ ਤੁਹਾਡੇ ਵੱਡੇ ਆਗੂ ਨਾਰਾਜ਼ ਵੀ ਨੇ ਤੇ ਨਵੀਂ ਕਾਂਗਰਸੀ ਕਰਨ ਦੀ ਫਿਰ ਉਹੀ ਗੱਲ ਹੋਗੀ ਤੁਸੀਂ ਫੇਰ ਆਖੋਗੇ ਨਹੀਂ ਬੋਲਣਾ ਇਹ ਸਵਾਲ ਤੁਸੀਂ ਰਾਜਨੀਤਿਕ ਸਬੰਧਤ ਪਾਰਟੀਆਂ ਨੂੰ ਕਿਉਂ ਨਹੀਂ ਪੁੱਛਦੇ ਤੁਸੀਂ ਰਾਜਨੀਤਿਕ ਪਾਰਟੀ ਤਾਂ ਨਹੀਂ ਹੋ ਨਹੀਂ ਅੱਜ ਦੀ ਡੇਟ ਦੇ ਵਿੱਚ ਮੈਂ ਕਿਤੇ ਵੀ ਰਾਜਨੀਤਿਕ ਪਾਰਟੀ ਨਾਲ ਜਿਹੜਾ ਨਹੀਂ ਹੈ ਮੈਂ ਬਤਾਰ ਅਨੁਸੂਚੀ ਜਾਤੀ ਦੇ ਵਰਗ ਦੇ ਦੇ ਚੇਅਰਮੈਨ ਦੇ ਤੌਰ ਤੇ ਆ ਔਰ ਉਹ ਅਗਰ ਕੋਈ ਕਾਂਗਰਸ ਦਾ ਵਰਕਰ ਵੀ ਅਸੀ ਦਾ ਹੈ ਉਹਨੂੰ ਵੀ ਕੋਈ ਸਮੱਸਿਆ ਤਾਂ ਉਹਦੇ ਲਈ ਵੀ ਖੜਾ ਅਗਰ ਕੋਈ ਅਕਾਲੀ ਦਲ ਦਾ ਹੈ ਕੋਈ ਕੌਮਨਿਸਟ ਦਾ ਹੈ ਕੋਈ ਵਿਐਸਪੀ ਦਾ ਹੈ ਜਿਹੜਾ ਮਰਜ਼ੀ ਹੋਵੇ ਔਰ ਚਾਹੇ ਉਹ ਕਿਸੇ ਵੀ ਮੰਨ ਲਓ ਰਾਜਨੀਤਿਕ 당 ਨਾਲ ਸੰਬੰਧਤ ਰੱਖਦਾ ਹੋਵੇ ਜਾਂ ਸੌਫਟ ਕੋਰਨਰ ਹੋਵੇ ਪਰ ਉਹ ਐਸਸੀ ਦੀ ਜਿਹੜੀ ਕੋਈ ਸਮੱਸਿਆ ਉਹਦੇ ਲਈ ਮੈਂ ਸੁਣਣ ਲਈ ਤਿਆਰ ਬੈਠਾ ਔਰ ਮੈਂ ਇਸ ਕਰਕੇ ਸਾਰਿਆਂ ਨੂੰ ਸੁਣਦਾ ਨਾ ਕਿ ਕਿਸੇ ਇੱਕ ਵਰਗ ਨੂੰ ਅੱਛਾ ਐਤਕੀ ਜਿਹੜੀ ਸਰਵੇਖਣ ਵੀ ਥੋੜੇ ਜਿਹਾ ਜਾਤੀਵਾਦ ਨੂੰ ਲੈ ਕੇ ਆਈ ਹੈ ਦਿੱਲੀ ਦੇ ਵਿੱਚ ਉਦੋਂ ਤੁਸੀਂ ਕਾਊਂਟ ਨਹੀਂ ਕੀਤਾ ਵੀ ਇੰਨੀਆਂ ਵੋਟਾਂ ਐ ਐਸਸੀ ਦੀਆਂ ਤੁਸੀਂ ਸੁਣਿਆ ਸਰਵੇਖਣ ਆਏ ਨਹੀਂ ਉੱਥੇ ਤੁਸੀਂ ਕੋਈ ਨੋਟਿਸ ਲਿਆ ਅਸੀਂ ਅਸੀਂ ਉਹਨਾਂ ਦੇ ਅਧਿਕਾਰਾਂ ਦੇ ਲਈ ਤੇ ਉਹਨਾਂ ਦੀ ਸਰਵਿਸਿਜ਼ ਦੇ ਲਈ ਕੀ ਦੇਣਾ ਉਹਦੇ ਤੇ ਜ਼ਿਆਦਾ ਚਿੰਤਾ ਕਰਦੇ ਹਾਂ ਕਿਹਦੀਆਂ ਵੋਟਾਂ ਕਿੱਧਰ ਜਾ ਰਹੀਆਂ ਇਹਦੇ ਤੇ ਸਾਡਾ ਕੰਮ ਨਹੀਂ 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 ਸਪਲਾ ਸਾਬ ਜਿਹੜੇ ਸਰਵੇਖਣ ਜਾਤੀ ਵਰਗ ਨਾਲ ਆਪਾਂ ਤਾਂ ਜਿਹੜਾ ਆਧਾਰ ਕਾਰਡ ਜਾਂ ਜਿਹੜੀ ਵੋਟਰ ਸੂਚੀ ਤੇ ਵੀ ਛੋੜੇ ਕੁਐਸਚਨ ਉੱਤਰੇ ਸੀ ਵੀ ਜਾਤ ਅਧਾਰਤ ਨਾ ਲਏ ਜਾਣ ਤੇ ਵੋਟਰ ਸੂਚੀ ਤਾਂ ਜਾਤ ਦੇ ਅਧਾਰ ਤੇ ਹੈ ਹੀ ਨਹੀਂ 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 ਵੋਟਰ ਸੂਚੀ ਨਹੀਂ ਜਿਹੜੇ ਆਧਾਰ ਕਾਰਡ ਜਾਂ ਹੋਰ ਚੀਜ਼ਾਂ ਦੇ ਵਿੱਚ ਉਹਦੇ ਤੇ ਵੀ ਨਹੀਂ ਹਾਂ ਉਹਦੇ ਚ ਲਈ ਕਈ ਜਗ੍ਹਾ ਤੇ ਜਾਤੀ ਸੂਚ ਦਾ ਲਿਆ ਜਾਂਦਾ ਤੇ ਇਹਦੇ ਵਿੱਚ ਜਿਹੜੇ ਹੁਣ ਸਰਵੇਖਣ ਹੋਏ ਨੇ ਆਧਾਰ ਕਾਰਡ ਤੇ ਨਹੀਂ ਹੁੰਦਾ ਨਹੀਂ ਆਧਾਰ ਕਾਰਡ ਤੇ ਉੱਪਰ ਤਾਂ ਨਹੀਂ ਲਿਖਿਆ ਹੁੰਦਾ ਸਰ ਫੱਕਰੀ ਗੱਲ ਹੈ ਅੱਛਾ ਗੱਲ ਸੁਣੋ ਦਿੱਲੀ ਦੇ ਜਿਹੜੇ ਸਰਵੇਖਣ ਆਏ ਨੇ ਹੁਣ ਉਹਦੇ 'ਚ ਸਰਵੇਖ ਜਦ ਐਸ ਚੋਣਾਂ ਦੇ ਚੋਣਾਂ ਤੋਂ ਪਹਿਲਾਂ ਉਹਦੇ 'ਚ ਹਰ ਇੱਕ ਵਰਗ ਦੀ ਅਲੱਗ-ਅਲੱਗ ਬੋਰਡ ਦੇ ਵਿੱਚ ਓਪਨਲੀ ਬੋਲੇ ਗਿਆ ਤੁਹਾਡੇ ਨੋਟਿਸ 'ਚ ਹੈ ਮੈਂ ਕੌਣ ਰਾਜਨੀਤਿਕ ਕੀ ਗੱਲ ਕਰਦਾ ਮੈਂ ਉਹਦੇ ਤੇ ਮੇਰਾ ਧਿਆਨ ਨਹੀਂ ਹੈ ਮੈਂ ਫਿਰ ਕਿਹਾ ਕਿ ਜੋ ਸਰਕਾਰਾਂ ਪਾਲਿਸੀਆਂ ਬਣਾਉਂਦੀਆਂ ਮੈਂ ਉਹਨੂੰ ਇਨਵਨ ਲਾਗੂ ਕਰਨਾ ਨਾ ਕਿ ਕੌਣ ਕੀ ਕਹਿ ਰਿਹਾ ਉਹਦੇ ਤੇ ਨਹੀਂ ਕਿ ਇੱਕ ਵਰਗ ਵੰਡ ਦੀ ਗੱਲ ਹੁੰਦੀ ਫਿਰ ਮੈਂ ਉਹ ਰਾਜਨੀਤਿਕ ਕਰਨ ਉਹ ਮੈਂ ਫਿਰ ਵੀ ਕਹਾਂਗਾ ਕਿ ਮੇਰਾ ਰਾਜਨੀਤਿਕ ਜਿਹੜਾ ਹੈ ਉਹ ਖੇਤਰ ਨਹੀਂ ਹੈ ਟੈਲੀ ਥੈਂਕ ਯੂ ਸਾंपਲਾ ਸਾਹਿਬ ਬੜੇ ਜਾਨੀ ਸਿਆਸੀ ਸਵਾਲਾਂ ਤੋਂ ਤਾਂ ਭੱਜ ਗਏ ਤੇ ਉਹ ਕਹਿੰਦੇ ਨੇ ਸੰਵਿਧਾਨਕ ਸੀਟ ਤੇ ਆ ਹਾਲਾਂਕਿ ਸਿਆਸੀ ਤਾਉ ਕਰਦੇ ਰਹੇ ਨੇ ਪੰਜਾਬ ਦੀ ਨੁਮਾਇੰਦਗੀ ਵੀ ਕਰ ਰਹੇ ਨੇ ਭਾਜਪਾ ਤੇ ਬਹੁਤ ਵੱਡੇ ਆਗੂ ਵੀ ਨੇ ਪਰ ਉਹ ਸੰਵਿਧਾਨਕ ਅਹੁਦੇ ਦਾ ਇੱਕ ਆਪਾਂ ਸਹਾਰਾ ਲੈ ਕੇ ਵੀ ਕਹਿ ਸਕਦੇ ਹਾਂ ਇੱਕ ਆੜ ਲੈ ਕੇ ਵੀ ਕਹਿ ਸਕਦੇ ਜਿਹੜੀ ਹੁਣ ਅੱਜ ਗਿਣਤੀ ਵੀ ਚੱਲ ਰਹੀ ਹੈ ਭਾਜਪਾ ਉਹ ਤੇ ਪਿੱਛੇ ਜਾ ਰਹੀ ਹੈ ਗੁਜਰਾਤ ਚ ਉਹਦਾ ਉਹ ਬਰਾਬਰ ਦੀ ਟੱਕਰ ਤਾਂ ਨਹੀਂ ਕਹਿ ਸਕਦਾ ਉੱਥੇ ਭਾਰੀ ਨਜ਼ਰ ਆ ਰਹੀ ਹੈ ਹਿਮਾਚਲ ਦੇ ਵਿੱਚ ਬਰਾਬਰ ਦੀ ਟੱਕਰ ਆ ਰਹੀ ਹੈ ਇਸ ਕਰਕੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਹਾਈ ਕਮਾਂਡ ਦੀ ਨੀਤ ਜਾਨੀ ਕਿ ਗਾਈਡਲਾਈਨ ਦੇ ਮੁਤਾਬਕ ਉਹਨਾਂ ਨੇ ਕੋਈ ਸਿਆਸੀ ਸਵਾਲ ਦੇਣਾ ਤਾਂ ਨਹੀਂ ਸਵਜਾਬ ਦਾ ਉੱਤਰ ਦੇਣਾ ਮناسب ਨਹੀਂ ਸਮਝਿਆ ਹਮੇਸ਼ਾ ਬਹੁਤ ਵਧੀਆ ਤਰੀਕੇ ਨਾਲ ਟਾਲਾ ਵੱਟਿਆ ਪਰ ਉਹਨਾਂ ਨੇ ਐਸਸੀ ਕਮਿਸ਼ਨ ਦੇ ਚੇਅਰਮੈਨ ਹੋਣ ਕਰਕੇ ਐਸਸੀ ਵਰਗ ਲਈ ਰਾਖਵੀ ਕਰਨ ਬਾਰੇ ਜੋ ਗੱਲਾਂ ਕੀਤੀਆਂ ਉਹ ਬੜੀਆਂ ਹੀ ਪਾਇਦਾਰ ਲੱਗੀਆਂ ਜੋ ਕਹਿੰਦੇ ਨੇ ਕਿ ਸੂਬਾ ਸਰਕਾਰ ਪਹਿਲਾਂ ਉਹ ਸੱਤਾ ਸਰਕਾਰ ਇੱਕ ਗਲਤ ਉਹਨਾਂ ਨੇ ਮਾਫੀ ਮੰਗੀ ਉਹ ਸ਼ਬਦੀ ਵੀ ਉਹ ਸ਼ਬਦ ਗਲਤ ਆ ਸੂਬਾ ਸਰਕਾਰਾਂ ਕਿਤੇ ਨਾ ਕਿਤੇ ਇਹਨੂੰ ਇਸ ਵਰਗ ਨੂੰ ਦਰਕਨਾਰ ਕਰਕੇ ਆਪਦੇ ਸਿਰ ਵੋਟਾਂ ਲਈ ਇਸਤੇਮਾਲ ਕਰਕੇ ਹੀ ਉਸ ਤੋਂ ਬਾਅਦ ਉਹਨਾਂ ਦੇ ਹੱਕਾਂ ਨੂੰ ਪਾਸੇ ਕਰ ਦਿੰਦੀ ਹੈ ਇਹ ਉਹਨਾਂ ਦੀਆਂ ਗੱਲਾਂ ਤੋਂ ਸਿੱਧਾ ਇਸ਼ਾਰਾ ਮਿਲਿਆ। ਅਜਿਹੀ ਅਸੀਂ ਚਰਚਾ ਲੈ ਕੇ ਫਿਰ ਮਿਲਦੇ ਰਵਾਂਗੇ ਪੰਜਾਬ ਟੀਵੀ ਦੀ ਲਗਾਤਾਰ ਦੇਖਦੇ ਰਹੋ। ਫਿਰ ਮਿਲਦੇ ਹਾਂ ਇੱਕ ਨਵੇਂ ਵਿਸ਼ੇ ਦੇ ਨਾਲ, ਨਵੀਂ ਸਖਸ਼ੀਤ ਦੇ ਨਾਲ।